रुजगार से लगा देंगे, उन्होंने किसी अगर हाथ अड्डना नहीं पेगा। इस मेन मकसद को लेकर असं चले हुए हैं। रिकॉर्ड भी गल कर रहे थे कि पिंड के बच्चों को प्रोमिस किया कि तुम ग्रैजुएशन करे आओ, उसके बाद भी तुम उन्होंने अगे जिहड़ा गाइडेंस जिहड़ी है तुहानूं मैं दसदा कि सब तो वड्डी पिंडां दे बच्चां दे विच की प्रॉब्लम आउंदी है, वह आउंदी है कि उन्होंने अगे किवें वधना है, स्ट्रगल करनी पई लाइफ दे विच तां जाके। तां मेरा मनना है कि साडे पिंड दे बच्चां नूं ਇਹ ਜਿਹੜੀ ਮੁਸ਼ਕਲਾਂ ਸਾਨੂੰ ਆਈਆਂ ਉਹ ਨਾ ਹੋਣ। ਬੱਚਿਆਂ ਦੇ ਦਿਮਾਗ ਦੇ ਵਿੱਚ ਨੈਗੇਟਿਵ ਥੋਟਸ ਬਹੁਤ ਹੈ ਕਿ ਪੜ੍ਹ ਕੇ ਕਿਹੜਾ ਮੈਂ ਡੀਸੀ ਲੱਗ ਜਾਣਾ ਹੈ। ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਅਤੇ ਮੈਂ ਸਵਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ ਇਸ ਵਕਤ ਜੁੜ ਗਿਆ। ਸੋ ਇੱਕ ਅਜਿਹੀ ਤੁਹਾਨੂੰ ਚੀਜ਼ ਦਿਖਾਉਣ ਚੱਲੇ ਹਾਂ, ਇੱਕ ਅਜਿਹਾ ਤੁਹਾਨੂੰ ਇੱਕ ਉਪਰਾਲਾ ਦਿਖਾਉਣ ਚੱਲੇ ਹਾਂ। ਇਸ ਉਪਰਾਲਾ ਤੁਹਾਨੂੰ ਕਿੱਥੇ ਲੈ ਕੇ ਜਾਵੇਗਾ, ਤੁਹਾਡੀ ਸੋਚ ਬਦਲਣ ਦੇ ਲਈ ਤੁਹਾਨੂੰ ਮਜਬੂਰ ਕਰ ਦੇਵੇਗਾ। ਪਰ ਇਸ ਤੋਂ ਪਹਿਲਾਂ ਸਾਡੇ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਹੇਠਾਂ ਕਮੈਂਟ ਕਰਨੇ ਵੀ ਸ਼ੁਰੂ ਕਰ ਦਿਓ। ਜਿਸ ਬਿਲਡਿੰਗ ਦੇ ਬਾਹਰ ਅਸੀਂ ਖੜ੍ਹੇ ਹਾਂ, ਇਸ ਬਿਲਡਿੰਗ ਦੇ ਵਿੱਚ ਇੰਨਾ ਕੁਝ ਹੈ ਤੁਸੀਂ ਕਦੇ ਸੋਚਿਆ ਨਹੀਂ ਹੋਣਾ। ਬਠਿੰਡੇ ਦੇ ਜ਼ਿਲ੍ਹੇ ਦੇ ਪਿੰਡ ਵੱਲੋਂ ਹਲਕਾ ਜੀ ਮੌੜ ਅਤੇ ਇਹ ਪਿੰਡ ਹੈ ਬਿਲਕੁਲ ਰਿਮੋਟ ਏਰੀਏ 'ਚ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਪਿੰਡ ਦੇ ਇਸ ਬਿਲਡਿੰਗ ਦੇ ਵਿੱਚ ਨਿੱਕੀ ਜਿਹੀ ਬਿਲਡਿੰਗ ਹੈ ਅਤੇ ਕਿਵੇਂ ਬਣੀ, ਕੀ ਕੁਛ ਹੈਗਾ, ਇਹ ਸਾਰਾ ਕੁਛ ਤੁਹਾਨੂੰ ਦਿਖਾਵਾਂਗੇ। ਆਓ ਅੰਦਰ ਚੱਲਦੇ ਹਾਂ, ਆ ਜਾਓ। ਸੋ ਉੱਪਰ ਆਏ ਹਾਂ, ਥੋੜ੍ਹੀ ਜਿਹੀ ਇੱਕੋ ਹੋਏਗੀ। ਮੈਂ ਲਿਸਨਰਸ ਨੂੰ ਕਹਿੰਦਾ ਕਿ ਮੈਂ ਵੀ ਆਵਾਜ਼ ਘੱਟ ਕਰਦਾ ਆਪਣੀ, ਅਤੇ ਤੁਸੀਂ ਵੀ ਥੋੜ੍ਹਾ ਜਿਹਾ ਸਾਡੇ ਨਾਲ ਕੋਪਰੇਟ ਕਰਿਓ। ਲਾਇਬ੍ਰੇਰੀ ਹੈ, ਓਪਰੇਸ਼ਨਲ ਹੈ। ਆਮ ਤੌਰ ਦੇ ਉੱਤੇ ਪਿੰਡਾਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਇੱਕ ਪ੍ਰੋਫੈਸ਼ਨਲ ਲਾਇਬ੍ਰੇਰੀਅਨ ਦੀ ਘਾਟ ਹੁੰਦੀ ਆ। ਐਂਡ ਸਮੇਂ ਬੈਠੇ ਰਹੋ ਤੁਸੀਂ ਕਹਾਣੀਆਂ ਦੇ ਨਾਲ ਨੋਵਲ, ਲੇਖ, ਹੋਰ ਹਿੰਦੀ ਦੀਆਂ, ਪੰਜਾਬੀ ਦੀਆਂ, ਇੰਗਲਿਸ਼ ਦੀਆਂ ਇਹ ਕਿਤਾਬਾਂ ਤੁਹਾਨੂੰ ਵੇਖਣ ਨੂੰ ਮਿਲਦੀਆਂ। ਅਤੇ ਇਸ ਦੇ ਨਾਲ ਹੀ ਆ ਜਾਓ, ਤੁਹਾਨੂੰ ਹੋਰ ਦਿਖਾਉਣੇ ਨਾਲ ਗੱਲਬਾਤ ਕਰਾਂਗੇ ਬੱਚਿਆਂ ਦੇ ਲਈ ਜਿਹੜਾ ਹੈਗਾ। ਪਲੀਜ਼ ਬਾਈ ਜੀ, ਪਰਦੇ ਰਿਮੂਵ ਕਰਾਇਓ ਇੱਕ ਵਾਰੀ ਥੋੜ੍ਹਾ ਜਿਹਾ, ਕਿਉਂਕਿ ਓਪਨ ਹੋ ਜੂਗਾ। ਪਰਦਿਆਂ ਦੇ ਪਿੱਛੇ ਦਾ ਵੀ ਇੱਕ ਚੀਜ਼ ਦਿਖਾਉਣੀ ਹੈ, ਬਹੁਤ ਅੱਛੀ ਚੀਜ਼ ਪਰਦੇ ਦੇ ਪਿੱਛੇ। ਦੇਖੋ, ਸੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਇਸ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਬੱਚਿਆਂ ਨੂੰ ਅਪਡੇਟ ਕਰਨਾ, ਕਿਉਂਕਿ ਪ੍ਰੋਫੈਸ਼ਨਲੀ ਕ੍ਰੀਏਟ ਕਰਨਾ। ਗੁਰਮੀਤ ਜੀ, ਬੱਚਿਆਂ ਨੂੰ ਪ੍ਰੋਫੈਸ਼ਨਲੀ ਇੱਕ ਅੱਜ ਦੇ ਯੁੱਗ ਲਈ ਵੀ ਤੁਸੀਂ ਤਿਆਰ ਕਰ ਰਹੇ ਹੋ? ਸਾਡਾ ਜੀ ਮੇਨ ਮਕਸਦ ਇਹ ਹੈ ਕਿ ਸਾਨੂੰ ਆਪਣੇ ਪਿੰਡ ਨੂੰ ਇੰਡੀਪੈਂਡੈਂਟ ਬਣਾਉਣਾ, ਬੱਚਿਆਂ ਨੂੰ ਇੱਥੋਂ ਕਾਮਯਾਬ ਕਰਨਾ। ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਅਗਰ ਪਿੰਡ ਨੂੰ ਤਰੱਕੀ 'ਤੇ ਲੈ ਕੇ ਜਾਣਾ ਤਾਂ ਬੱਚਿਆਂ ਨੂੰ ਐਜੂਕੇਟ ਕਰਕੇ ਅਗਰ ਉਹਨਾਂ ਨੂੰ ਰੁਜ਼ਗਾਰ 'ਤੇ ਲਗਾ ਦਾਂਗੇ, ਉਹਨਾਂ ਨੂੰ ਕਿਸੇ ਅੱਗੇ ਹੱਥ ਅੱਡਣਾ ਨਹੀਂ ਪਏਗਾ। ਇਸ ਮੇਨ ਮਕਸਦ ਨੂੰ ਲੈ ਕੇ ਅਸੀਂ ਚੱਲੇ ਹੋਏ ਹਾਂ। ਇਸ ਕਰਕੇ ਅਸੀਂ ਸੰਪਰਕ ਕੀਤਾ ਮੌੜ ਐਜੂਕੇਸ਼ਨ ਸੁਸਾਇਟੀ ਦੇ ਨਾਲ ਚੰਡੀਗੜ੍ਹ, ਉਹਨਾਂ ਨੇ ਆਪਣੇ ਟੀਚਰ ਭੇਜ ਕੇ ਬਕਾਇਦਾ ਸਾਡੇ ਬੱਚਿਆਂ ਨੂੰ ਇੱਥੇ ਫ੍ਰੀ ਦੇ ਵਿੱਚ, ਮਤਲਬ ਜਿੰਨੇ ਵੀ ਕੰਪਿਊਟਰ ਦੇ ਕੋਰਸ ਹੈ, ਜਿੱਦਾਂ ਗ੍ਰਾਫਿਕ ਡਿਜ਼ਾਇਨਿੰਗ ਵਗੈਰਾ ਹੈ, ਵੀਡੀਓ ਐਡੀਟਿੰਗ ਹੈ, ਸਾਰੇ ਉੱਦਾਂ ਦੇ ਕੋਰਸ ਫ੍ਰੀ ਆਫ ਕੋਸਟ ਇੱਥੇ ਇਹਨਾਂ ਨੂੰ ਕਰਵਾਏ ਜਾਂਦੇ ਆ। ਔਰ ਨਾਲ ਨਾਲ ਅਸੀਂ ਇਹਨਾਂ ਨੂੰ ਇਹ ਵੀ ਉਹ ਕੀਤਾ ਕਿ ਤੁਹਾਨੂੰ ਬਿਜ਼ਨਸ ਵੀ ਅਸੀਂ ਲਿਆ ਕੇ ਦੇਵਾਂਗੇ, ਤੁਸੀਂ ਇੱਕ ਵਾਰ ਸਿੱਖੋ ਤਾਂ ਤੁਹਾਨੂੰ, ਜੇ ਨਹੀਂ ਵੀ ਤੁਸੀਂ ਬਾਹਰ ਜਾ ਸਕਦੇ ਤਾਂ ਅਸੀਂ ਘਰ ਬੈਠਿਆਂ ਨੂੰ ਬਿਜ਼ਨਸ ਦੇਵਾਂਗੇ, ਤਾਂ ਜੋ ਸਾਡੇ ਜਿਹੜੇ ਬੱਚੇ ਹੈ ਉਹ ਕੁਝ ਸਿੱਖ ਕੇ ਆਪਣੇ ਬਲਬੂਤੇ 'ਤੇ ਆਪਣੇ ਆਪ ਨੂੰ ਕਾਮਯਾਬ ਕਰ ਸਕਣ। ਇਹ ਸਾਡੀ ਮੇਨ ਜਿਹੜੀ ਸੋਚ ਹੈ ਜਾਂ ਕੋਸ਼ਿਸ਼ ਹੈ, ਇਹ ਸਾਡੀ ਮੇਨ ਯਤਨ ਅਸੀਂ ਇਸ ਲਈ ਕਰ ਰਹੇ ਹਾਂ। ਤੁਸੀਂ ਆਫ ਦੀ ਰਿਕਾਰਡ ਵੀ ਗੱਲ ਕਰ ਰਹੇ ਸੀ ਕਿ ਪਿੰਡ ਦੇ ਬੱਚਿਆਂ ਨੂੰ ਤੁਸੀਂ ਪ੍ਰੋਮਿਸ ਕੀਤਾ ਕਿ ਤੁਸੀਂ ਗ੍ਰੈਜੂਏਸ਼ਨ ਕਰੇ ਆਓ, ਉਹਦੇ ਬਾਅਦ ਵੀ ਤੁਸੀਂ ਉਹਨਾਂ ਨੂੰ ਅੱਗੇ ਜਿਹੜਾ ਗਾਈਡੈਂਸ ਜਿਹੜੀ ਹੈ ਤੁਹਾਨੂੰ ਮੈਂ ਦੱਸਦਾ ਕਿ ਸਭ ਤੋਂ ਵੱਡੀ ਪਿੰਡਾਂ ਦੇ ਬੱਚਿਆਂ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ, ਉਹ ਆਉਂਦੀ ਹੈ ਕਿ ਉਹਨਾਂ ਨੇ ਅੱਗੇ ਕਿਵੇਂ ਵਧਣਾ ਹੈ, ਉਹਨਾਂ ਨੂੰ ਜੋਬਸ ਦੇ ਲਈ ਗਾਈਡੈਂਸ ਜਿਹੜੀ ਆ, ਫਿਊਚਰ ਗਾਈਡੈਂਸ ਜਿਹਨੂੰ ਆਪਾਂ ਕੈਰੀਅਰ ਗਾਈਡੈਂਸ ਕਹਿੰਦੇ ਹਾਂ, ਮੈਂ ਤਿੰਨੇ ਸ਼ਬਦ ਤੁਹਾਡੇ ਲਈ ਵਰਤ ਦਿੱਤੇ ਨੇ, ਉਹਦੀ ਬੜੀ ਵੱਡੀ ਕਮੀ ਆਉਂਦੀ ਹੈ ਕੈਰੀਅਰ ਗਾਈਡੈਂਸ ਦੇ ਲਈ। ਗੁਰਮੀਤ ਜੀ, ਤੁਸੀਂ ਲੰਮਾ ਸਮਾਂ ਫਿਰ ਆਪਣੇ ਆਪ ਨੂੰ ਬਿਜ਼ਨਸ ਦੇ ਵਿੱਚ ਲਿਆਂਦਾ, ਤੁਸੀਂ ਦੱਸਿਆ ਬਾਇਓਗੈਸ ਪਲਾਂਟ ਲਾ ਰਹੇ ਹੋ, ਅਤੇ ਬਾਇਓਗੈਸ ਪਲਾਂਟ ਬਾਰੇ ਵੀ ਤੁਸੀਂ ਗੱਲਬਾਤ ਸਾਂਝੀ ਕੀਤੀ ਸੀ, ਉਹ ਵੀ ਸਾਂਝੀ ਕਰੋ ਪਹਿਲਾਂ। ਫਿਊਚਰਿਸਟਿਕ ਜਿਹੜਾ ਬੱਚਿਆਂ ਦਾ ਅਪਰੋਚ ਹੈ ਉਹਦੇ ਲਈ ਕੀ ਕਰ ਰਹੇ ਹੋ? ਮੇਰਾ ਮੰਨਣਾ ਇਹ ਸੀਗਾ ਜੀ ਕਿ ਕਿਉਂਕਿ ਮੈਂ ਆਪ ਪੜ੍ਹਨ ਦੇ ਵਿੱਚ ਬਹੁਤ ਇੰਟੈਲੀਜੈਂਟ ਰਿਹਾ, ਬਟ ਇੱਕ ਗਾਈਡੈਂਸ ਦੀ ਘਾਟ ਕਾਰਨ ਔਰ ਦੂਸਰਾ ਪੈਸੇ ਦੀ ਘਾਟ ਕਾਰਨ ਐਜੂਕੇਸ਼ਨ ਬਚਾਲੋਂ ਛੱਡ ਕੇ ਮੈਨੂੰ ਸਟਰਗਲ ਕਰਨੀ ਪਈ ਲਾਈਫ ਦੇ ਵਿੱਚ ਤਾਂ ਜਾ ਕੇ। ਤਾਂ ਮੇਰਾ ਮੰਨਣਾ ਇਹ ਕਿ ਸਾਡੇ ਪਿੰਡ ਦੇ ਬੱਚਿਆਂ ਨੂੰ
ਇਹ ਜਿਹੜੀ ਮੁਸ਼ਕਲਾਂ ਸਾਨੂੰ ਆਈਆਂ ਉਹ ਨਾ ਹੁਣ ਉਹਨਾਂ ਲਈ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਮਾਪੇ ਬਣ ਕੇ ਖੜੇ ਹੋਏ ਆ ਇਹ ਸੰਸਥਾ ਜਿਹੜੀ ਖੜੀ ਹੋਈ ਆ ਅਸੀਂ ਬੱਚਿਆਂ ਨੂੰ ਇਹ ਪ੍ਰੋਮਿਸ ਕੀਤਾ ਹੋਇਆ ਕਿਉਂਕਿ ਅੱਜ ਕੱਲ ਪਿੰਡਾਂ ਦੇ ਵਿੱਚ ਮੈਂ ਕੀ ਦੇਖਦਾ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਨੈਗੇਟਿਵ ਥੌਟਸ ਬਹੁਤ ਹੈ ਕਿ ਪੜ੍ਹ ਕੇ ਕਿਹੜਾ ਮੈਂ ਡੀਸੀ ਲੱਗ ਜਾਣਾ ਹੈ ਉਹ ਮਿਹਨਤ ਹੀ ਨਹੀਂ ਕਰਦੇ ਉਹਨਾਂ ਨੇ ਸਭ ਤੋਂ ਵੱਡਾ ਟਾਰਗੇਟ ਹੀ ਆਈਲੈਟਸ ਬਣਾ ਰੱਖਿਆ ਤਾਂ ਅਸੀਂ ਆਪਦੇ ਬੱਚਿਆਂ ਨੂੰ ਇਹ ਕਿਹਾ ਕਿ ਡਿਗਰੀ ਕਰਕੇ ਤੁਸੀਂ ਆਓ ਜਿਹੜਾ ਤੁਹਾਡੇ ਦਿਮਾਗ 'ਚ ਇਹ ਥੌਟ ਆ ਕਿ ਵੀ ਸਾਨੂੰ ਨੌਕਰੀ ਨਹੀਂ ਮਿਲਣੀ ਆਉਂਦਿਆਂ ਨੂੰ 25,000 ਰੁਪਏ ਦੀ ਨੌਕਰੀ ਰਹਿਣਾ ਖਾਣਾ ਸਾਡੀ ਕੰਪਨੀ ਵੱਲੋਂ ਹੋਏਗਾ ਪਰ ਪੜ੍ਹਨਾ ਤੁਹਾਡਾ ਕੰਮ ਹੈ ਅਸੀਂ ਕਿਉਂਕਿ ਇਕੱਲੇ ਪੈਸੇ ਨਾਲ ਤੁਸੀਂ ਮਦਦ ਕਰਕੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਅਸੀਂ ਉਹਦੇ ਨਾਲ ਨਾਲ ਪੈਸੇ ਦੇ ਨਾਲ ਨਾਲ ਉਹਨਾਂ ਨੂੰ ਮਾਹੌਲ ਵੀ ਦੇ ਰਹੇ ਹਾਂ ਕਿਉਂਕਿ ਸਾਡੇ ਟੀਚਰ ਵੀ ਬਹੁਤ ਅੱਛੇ ਰੱਖੇ ਹੋਏ ਨੇ ਸਾਰੇ ਟੀਚਰ ਵੀ ਬਹੁਤ ਮਿਹਨਤ ਕਰਦੇ ਔਰ ਨਾਲ ਮੈਂ ਆਪ ਖੁਦ ਟਾਈਮ ਦੇ ਕੇ ਜਾਂ ਜਿੰਨੇ ਕੋਈ ਚੰਗੇ ਲੋਕ ਹੁੰਦੇ ਜਿਨ੍ਹਾਂ ਦਾ ਪ੍ਰਭਾਵ ਬੱਚਿਆਂ 'ਤੇ ਪੈਂਦਾ ਉਹਨਾਂ ਨੂੰ ਟਾਈਮਲੀ ਬੁਲਾ ਕੇ ਬੱਚਿਆਂ ਨੂੰ ਗਾਈਡ ਕਰਦੇ ਹਾਂ ਤਾਂ ਜੋ ਆਪਦੀ ਜ਼ਿੰਦਗੀ ਦਾ ਜਿਹੜਾ ਰਸਤਾ ਹੈ ਉਹ ਆਪਣੇ ਆਪ ਉਲੀਕ ਸਕਣ ਔਰ ਉਹਦੇ 'ਤੇ ਚੱਲ ਸਕਣ ਉਹਨਾਂ ਨੂੰ ਸੇਧ ਦੇਣ ਦਾ ਕੰਮ ਜਿਹੜਾ ਇਹ ਮੇਨ ਸੰਸਥਾ ਕਰ ਰਹੀ ਹੈ ਔਰ ਅਸੀਂ ਆਪਣੇ ਕੋਲ ਆਪਣੀ ਕੰਪਨੀ ਦੇ ਵਿੱਚ ਇਸ ਇਲਾਕੇ ਦੇ ਬਹੁਤ ਸਾਰੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਆਪਦੇ ਮੇਰੇ ਪਿੰਡ ਦੇ 35 ਤੋਂ 40 ਮੁੰਡੇ ਮੇਰੇ ਕੋਲ ਗੁਜਰਾਤ ਦੇ ਵਿੱਚ ਉੱਥੇ ਜਾਂ ਮਹਾਰਾਸ਼ਟਰ ਦੇ ਵਿੱਚ ਸਾਡੇ ਆਫਿਸਾਂ ਦੇ ਵਿੱਚ ਕੰਮ ਕਰਦੇ ਨੇ ਪਰ ਕਈ ਬੱਚੇ ਜਿਹੜੇ ਪਿੰਡਾਂ ਤੋਂ ਬਾਹਰ ਨਹੀਂ ਜਾ ਸਕਦੇ ਤਾਂ ਅਸੀਂ ਪਿੰਡ ਦੀ ਪੰਚਾਇਤ ਨਾਲ ਬੈਠ ਕੇ ਇਹ ਰਾਏ ਕੀਤੀ ਸੀ ਕਿ ਅਸੀਂ ਪਿੰਡ ਦੇ ਵਿੱਚ ਹੀ ਕੋਈ ਇਹੋ ਜਿਹਾ ਰੁਜ਼ਗਾਰ ਖੋਲ੍ਹ ਦਿੰਦੇ ਹਾਂ ਉਹਨਾਂ ਨੂੰ ਤਾਂ ਜੋ ਜਿਨ੍ਹਾਂ ਦੀ ਮਜਬੂਰੀ ਹੈ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ ਉਹਨਾਂ ਪਿੰਡ ਦੇ ਵਿੱਚ ਹੀ ਰੁਜ਼ਗਾਰ ਮਿਲੇ ਉਹਦੇ ਤਹਿਤ ਅਸੀਂ ਪਿੰਡ ਦੇ ਵਿੱਚ ਇੱਕ ਬਾਇਓਫਿਊਲ ਦਾ ਪ੍ਰੋਜੈਕਟ ਲੈ ਕੇ ਆਏ ਸੀਗੇ ਜਿਹਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਸਾਡਾ ਟਾਰਗੇਟ ਸੀਗਾ ਅਸੀਂ 200-300 ਬੱਚੇ ਨੂੰ ਇੱਥੇ ਰੁਜ਼ਗਾਰ ਦੇ ਦਿਆਂਗੇ ਪਰ ਉਹ ਕਿਸਾਨ ਯੂਨੀਅਨ ਦੇ ਵਿਰੋਧ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਉਹ ਪ੍ਰੋਜੈਕਟ ਸਾਡਾ ਪੈਂਡਿੰਗ ਹੋ ਗਿਆ ਉਹਨੂੰ ਅਸੀਂ ਦੂਸਰੀ ਸਟੇਟ ਦੇ ਵਿੱਚ ਲਗਾ ਰਹੇ ਹਾਂ ਤਾਂ ਅਦਰਵਾਈਜ਼ ਸਾਡੀ ਕੋਸ਼ਿਸ਼ ਉਹਦੇ ਨਾਲ ਨਾਲ ਇਹ ਵੀ ਸੀਗੀ ਕਿ ਜਦੋਂ ਪ੍ਰੋਜੈਕਟ ਸਾਡੇ ਪਿੰਡ ਦੇ ਵਿੱਚ ਆ ਗਿਆ ਅਸੀਂ ਉਹਦਾ ਜਿਹੜਾ ਦਸਵੰਧ ਸੀ ਉਹ ਪਿੰਡ ਦੀ ਪੰਚਾਇਤ ਨੂੰ ਦੇਣਾ ਸੀ ਤਾਂ ਸਾਡਾ ਟਾਰਗੇਟ ਇਹ ਸੀ ਕਿ ਜਦੋਂ ਸਾਡਾ ਉਹ ਪਲਾਂਟ ਚੱਲ ਜਾਏਗਾ ਅਸੀਂ ਸਰਕਾਰ ਨੂੰ ਸਾਡੇ ਪਿੰਡ ਦੀ ਪੰਚਾਇਤ ਲਿਖ ਕੇ ਦੇਗੀ ਕਿ ਅੱਜ ਤੋਂ ਬਾਅਦ ਸਾਨੂੰ ਪਿੰਡ ਨੂੰ ਕੋਈ ਗ੍ਰਾਂਟ ਸਰਕਾਰੀ ਨਹੀਂ ਚਾਹੀਦੀ ਅਸੀਂ ਆਪਦਾ ਵਿਕਾਸ ਆਪਦੇ ਆਪ ਕਰਾਂਗੇ ਅੱਛਾ ਗ੍ਰੋਨੀਟੀ ਇੱਕ ਮੈਂ ਵੀ ਪਿੰਡਾਂ ਦਾ ਹੀ ਰਹਿਣ ਵਾਲਾ ਮੈਂ ਪਿੰਡੂ ਜਿਹਾ ਤੁਹਾਨੂੰ ਸਵਾਲ ਕਰਦਾ ਹਰ ਪਿੰਡ ਦੀ ਕਹਾਣੀ ਆ ਉਹ ਕਹਿੰਦੇ ਯਾਰ ਤੂੰ ਸਾਡੇ ਵਿੱਚੋਂ ਹੀ ਖੇਡਦਾ ਗਿਆ ਅੱਜ ਤੂੰ ਵੱਡਾ ਬਲਾਟ ਸਾਹਿਬ ਬਣ ਗਿਆ ਐਡਾ ਅਮੀਰ ਬਣ ਗਿਆ ਤੂੰ ਕਿਵੇਂ ਬਣ ਗਿਆ ਸੋ ਇਹ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਇੱਕ ਥੋੜ੍ਹੀ ਜਿਹੀ ਜੈਲਸੀ ਵੀ ਹੁੰਦੀ ਆ ਕਿ ਕਦੇ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਫੇਸ ਕੀਤੀਆਂ ਯਾਰ ਇਹ ਮੁੰਡਾ ਐਵੇਂ ਬਾਹਲਾ ਤੁਰਿਆ ਫਿਰਦਾ ਇਹਨੂੰ ਇਹਦੀਆਂ ਲੱਤਾਂ ਜਿਹੀਆਂ ਖਿੱਚੀਏ ਬਈ ਮੈਂ ਤਾਂ ਹਰ ਪਲ 'ਤੇ ਇਹ ਉਹ ਕਰਦਾ ਔਰ ਮੈਂ ਨਾਲ ਨਾਲ ਰਿਕੁਐਸਟ ਵੀ ਲੋਕਾਂ ਨੂੰ ਕਰਦਾ ਰਹਿਣਾ ਪੰਜਾਬੀਆਂ ਨੂੰ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਹੈ ਸਾਡੇ 'ਚ ਇਹ ਜੈਲਸੀਬਾਜ਼ੀ ਨਹੀਂ ਹੋਣੀ ਚਾਹੀਦੀ ਜੇ ਕੋਈ ਚੰਗਾ ਕੰਮ ਕਰਦਾ ਸਾਡਾ ਫਰਜ਼ ਬਣਦਾ ਕਿ ਈਰਖਾਬਾਜ਼ੀ ਛੱਡ ਕੇ ਆਪਣੀਆਂ ਨਫ਼ਰਤਾਂ ਛੱਡ ਕੇ ਉਹਦਾ ਸਾਥ ਦਈਏ ਮੈਂ ਹਰ ਪਲ ਦੇ ਉੱਤੇ ਇਹ ਚੀਜ਼ ਨੂੰ ਫੀਲ ਕੀਤਾ ਕਿਉਂਕਿ ਲੋਕਾਂ ਦੇ ਵਿੱਚ ਅੱਜ ਅਸੀਂ 17 ਸਾਲ ਤੋਂ ਲੱਗੇ ਹੋਏ ਹਾਂ ਨਿਰਪੱਖ ਹੋ ਕੇ ਲੱਗੇ ਹਾਂ ਬਿਨਾਂ ਕਿਸੇ ਲਾਲਚ ਤੋਂ ਲੱਗੇ ਹੋਏ ਹਾਂ ਔਰ ਕੋਈ ਸਾਡਾ ਸ਼ੋਅ ਆਫ ਨਹੀਂ ਕੋਈ ਦਿਖਾਵੇਬਾਜ਼ੀ ਨਹੀਂ ਕਰਦੇ ਪਰ ਉਹਦੇ ਬਾਵਜੂਦ ਵੀ ਮਤਲਬ ਬਹੁਤ ਲੋਕ ਇਹੋ ਜਿਹੇ ਹੈ ਜਿਹੜੇ ਈਰਖਾ ਦੀ ਵਜ੍ਹਾ ਨਾਲ ਸਿਰਫ ਸਾਥ ਨਹੀਂ ਦਿੰਦੇ ਔਰ ਗਲਤ ਮਤਲਬ ਵਿਰੋਧ ਕਰਦੇ ਰਹਿੰਦੇ ਹਰ ਕੰਮ ਦੇ ਵਿੱਚ ਉਹਨਾਂ ਨੇ ਵਿਰੋਧ ਕਰਨਾ ਚਾਹੇ ਚੰਗਾ ਕਰੋ ਚਾਹੇ ਕੁਝ ਵੀ ਕਰੋ ਤੁਸੀਂ ਉਹਨਾਂ ਨੇ ਵਿਰੋਧ ਹੀ ਕਰਨਾ ਉਸੇ ਵਿਰੋਧ ਦਾ ਸ਼ਿਕਾਰ ਹੋਈ ਸਾਡੀ ਜਿਹੜਾ ਪਿੰਡ ਦਾ ਜਿਹੜਾ ਪਲਾਂਟ ਅਸੀਂ ਉਹ ਲਗਾਉਣਾ ਚਾਹ ਰਹੇ ਸੀ ਇਹ ਹੁੰਦਾ ਜੀ ਪਰ ਮਹਾਰਾਜ ਨੇ ਸਾਨੂੰ ਸਮਤ ਬਖਸ਼ੀ ਹੈ ਇੰਨੇ ਕੁ ਢੀਠ ਬਣਾਇਆ ਮੈਂ ਤਾਂ ਜੇ ਕੋਈ ਵਿਰੋਧ ਵੀ ਕਰਦਾ ਉਹਨੂੰ ਕਹਿੰਦਾ ਇਹ 10 ਰੁਪਏ ਮੈਥੋਂ ਲੈ ਜਾ ਕੇ ਅਨਾਊਂਸਮੈਂਟ ਗੁਰਦੁਆਰੇ ਜਾ ਕੇ ਕਰਕੇ ਮੈਨੂੰ ਕੀ ਫਰਕ ਪੈਣਾ ਮੈਂ ਕਿਹੜਾ ਵੋਟਾਂ ਲੈਣੀਆਂ ਮੈਂ ਕਿਹੜਾ ਕੋਈ ਦਿਖਾਵੇ ਦੀ ਖਾਤਰ ਕਰ ਰਿਹਾ ਮੈਂ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦੇ ਸ਼ੁਕਰਾਨੇ ਦੇ ਵਿੱਚ ਜੋ ਕਦਮ ਜਿੰਨਾ ਵੀ ਅਸੀਂ ਕਰ ਰਹੇ ਹਾਂ ਉਹ ਪਰਮਾਤਮਾ ਕਰਵਾ ਰਿਹਾ ਉਹਦੇ ਭਾਣੇ ਦੇ ਅੰਦਰ ਅਸੀਂ ਕਰ ਰਹੇ ਹਾਂ ਇਸ ਕਰਕੇ ਸਾਡੇ 'ਤੇ ਈਰਖਾਬਾਜ਼ੀ ਦਾ ਕੋਈ ਅਸਰ ਹੁੰਦਾ ਨਹੀਂ ਜੀ ਸਾਨੂੰ ਕੋਈ ਅਸੀਂ ਇਸ ਸਾਈਡ ਤੋਂ ਬਿਲਕੁਲ ਬੇਪਰਵਾਹ ਹੈ ਜਿਹਨੇ ਕਰਨੀ ਹੈ ਕਰੀ ਜਾ ਉਹ ਜਿੱਦਾਂ ਦੀ ਸੋਚ ਆ ਉੱਦਾਂ ਦੀ ਕਰੇਗੀ ਪਰ ਮਹਾਰਾਜ ਨੇ ਅਗਰ ਸਾਨੂੰ ਫੁੱਲ ਬਣਾਇਆ ਤਾਂ ਅਸੀਂ ਮਹਿਕ ਦੇਣੀ ਅਸੀਂ ਕੰਡੇ ਨਹੀਂ ਬਣਨਾ ਉਹਨਾਂ ਦੀ ਤਰ੍ਹਾਂ ਦੇਖ ਕੇ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਉੱਠੇ ਹੋਏ ਹਾਂ ਇਸ ਕਰਕੇ ਸਾਡੇ 'ਤੇ ਅਸਰ ਹੀ ਨਹੀਂ ਕਰ ਰਹੀਆਂ ਜੀ ਸੋ ਬਿਲਕੁਲ ਗੁਰਮੀਤ ਬਾਈ ਨੇ ਜਿਵੇਂ ਗੱਲ ਕੀਤੀ ਹੈ ਕਿ ਜੇਕਰ ਫੁੱਲ ਬਣੇ ਆ ਤਾਂ ਮਹਿਕ ਵੰਡੋ ਪਰ ਮਹਿਕ ਵੰਡਦਿਆਂ ਨਾਲ ਕੰਡੇ ਵੀ ਹੁੰਦੇ ਨੇ ਸੋ ਇਹਨਾਂ ਕੰਡਿਆਂ ਤੋਂ ਬੇਫਿਕਰ ਰਹੋ ਬੜੀ ਖੂਬਸੂਰਤ ਤਸਵੀਰ ਪਿੰਡ ਬੱਲੋ ਦੇ ਵਿੱਚ ਇੱਕ ਸਿਰਜੀ ਗਈ ਹੈ ਸ਼ਾਇਦ ਜੇਕਰ ਪੰਜਾਬ ਦੇ ਉਹ ਨੌਜਵਾਨ ਜਿਹੜੇ ਸਮਰੱਥ ਨੇ ਉਹ ਬੱਚਿਆਂ ਦਾ ਕੁਝ ਕਰ ਸਕਦੇ ਨਹੀਂ ਤਾਂ ਇਸ ਬੱਲੋ ਪਿੰਡ ਦੇ ਵਿੱਚ ਆਓ ਇਹਨੂੰ ਇਹਦੇ ਉੱਤੇ ਮੈਂ ਕਹਿੰਦਾ ਕਿ ਤੁਸੀਂ ਸਟੱਡੀ ਕਰੋ ਜਿਵੇਂ ਕਿਸਾਨ ਅੰਦੋਲਨ ਇੱਕ PhD ਬਣ ਗਿਆ ਸੀਗਾ ਕਿ ਸੰਘਰਸ਼ ਜਿਹੜੇ ਕਿਵੇਂ ਲੜੇ ਜਾਂਦੇ ਨੇ ਤਾਂ ਪਿੰਡ ਬੱਲੋ ਜਿਹੜਾ ਹੈਗਾ ਉਹ ਵੀ ਤੁਹਾਨੂੰ ਦੱਸ ਸਕਦਾ ਕਿ ਅਸੀਂ ਹਰ ਵਾਰੀ ਬਾਹਰ ਰਹਿੰਦੇ NRI ਵੀਰਾਂ ਨੂੰ ਕਹਿੰਦੇ ਕਿ ਬਾਈ ਤੁਸੀਂ ਆਓ ਤੁਸੀਂ ਕਰੋ ਅਤੇ ਅਸੀਂ ਕਰਦੇ ਕੁਛ ਨਹੀਂ ਇਸ ਪਿੰਡ ਦੇ ਵਿੱਚ ਆ ਕੇ ਦੇਖੋ ਕਿ ਪਿੰਡ ਦੇ ਲੋਕ ਹੀ ਪਿੰਡ ਦੀ ਨੁਹਾਰ ਕਿਵੇਂ ਬਦਲ ਰਹੇ ਨੇ ਪਿੰਡ ਬੱਲੋ ਤੋਂ ਮੈਂ ਸਵਰਨ ਸਿੰਘ ਦਾਨੇਲੀਆ ਤੁਹਾਡੇ ਤੋਂ ਇਜਾਜ਼ਤ ਲੈਣਾ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੇਠਾਂ ਕਮੈਂਟ ਜ਼ਰੂਰ ਕਰਨਾ ਸ਼ੁਕਰੀਆ ਮਿਹਰਬਾਨੀ ਇੱਕ ਅੱਛੀ ਅਤੇ ਅਗਾਂਹ ਵਧੂ ਸੋਚ ਦੇ ਨਾਲ ਤੁਹਾਡੇ ਨਾਲ ਫਿਰ ਮਿਲਾਂਗੇ